ਹੈਗੀ ਆ ਇਹ ਥਰੋਟ ਉਹ ਤਾਂ ਵੈਸੇ ਤਾਂ ਪੰਜਾਬ ਦਾ ਇਸ਼ੂ ਆ ਪਰ ਗੁਰਦਾਸਪੁਰ ਦੇ ਵਿੱਚ ਇੱਕ ਲਾਰਜੈਸਟ ਏਰੀਆ ਵਾ ਜਿਹਦੇ ਸਮੱਸਿਆ ਦਾ ਹੱਲ ਨਹੀਂ ਹੋਇਆ ਅੰਮ੍ਰਿਤਸਰ 'ਚ ਵੀ ਹੈਗਾ ਉਹਨਾਂ ਦਾ ਯੋਗ ਮੁਆਵਜ਼ਾ ਲੈਣਾ ਹੈਗਾ ਜਿਹਦੇ ਵਿੱਚ ਵੱਡੇ ਪੱਧਰ 'ਤੇ ਅਫਸਰ ਸਭਾ ਨੇ ਬੇਨਿਸਮੀਆਂ ਕੀਤੀਆਂ ਕਿਸੇ ਨੂੰ 30 ਲੱਖ ਦਿੱਤਾ ਕਿਸੇ ਨੂੰ ਕਰੋੜ ਦਿੱਤਾ ਅੱਗੇ ਸੀ ਚੰਡੀਗੜ੍ਹ ਤੋਂ ਸਾਡੇ ਨਾਲ ਉਹਨਾਂ ਆਸ਼ਵਾਸਨ ਦਿੱਤਾ ਸੀ ਵੀ ਸਾਨੂੰ 10 ਫਰਵਰੀ ਤੱਕ ਹੱਲ ਕਰਦਾ ਕਿ 15 ਫਰਵਰੀ ਤੱਕ ਦਾ ਸਮਾਂ ਦਿੱਤਾ ਜਾਵੇ ਪਰ ਉਹ ਸਮੇਂ ਸਿਰ ਸਮੱਸਿਆ ਦਾ ਅਸੀਂ 7 ਦਿਨ ਲੇਟ ਆ ਰਹੇ ਹਾਂ ਸਾਡੇ ਅਸੀਂ ਆਪਤਾ ਹੋਰ ਲੇਟ ਆਏ ਵੀ ਲੋਕਾਂ ਦੇ ਵਿੱਚ ਇਹ ਸਾਡਾ ਬੈਡ ਪੈਕ ਨਾ ਲੈ ਕੇ ਜਾਣ ਇੱਕ ਤਾਂ ਇਹ ਇਸ਼ੂ ਹੈਗਾ ਦੂਸਰਾ ਗੰਨੇ ਦਾ ਬਕਾਇਆ ਵੱਡੇ ਪੱਧਰ 'ਤੇ ਕੀੜੀ ਮਿਲਦਾ 177 ਕਰੋੜ ਰੁਪਈਆ ਬਕਾਇਆ ਇਸ ਵੇਲੇ ਖੜਾ ਹੈਗਾ ਮੇਰੇ ਖਿਆਲ ਇਹ ਤੋਂ ਵੱਧਿਆ ਹੋਊਗਾ ਮੁਕੇਰੀਆਂ ਦਾ ਤਕਰੀਬਨ 142 ਕਰੋੜ ਦੇ ਨੀਅਰ ਅਬਾਊਟ ਪਨਿਆੜ ਆ ਤੁਹਾਡੀ ਇੱਥੇ ਗੁਰਦਾਸਪੁਰ ਬਟਾਲਾ ਮਿੱਲ ਆ ਤਕਰੀਬਨ 40 ਤੋਂ 50 ਕਰੋੜ ਰੁਪਈਏ ਦੇ ਨੇੜੇ ਅਬਾਊਟ ਇਹਨਾਂ ਦੇ ਬਕਾਏ ਆ ਨਾਲੇ ਇਹ ਸਰਕਾਰ ਨੇ ਸਾਨੂੰ ਇਹ 'ਚੋਂ ਕੁਛ ਵੀ ਨਹੀਂ ਦੇਣਾ ਸਾਡਾ ਪੈਸਾ ਅਸੀਂ ਚੀਜ਼ ਵੇਚਦੀ ਆ ਅਸੀਂ ਉਹਦੇ ਪੈਸੇ ਲੈਣੇ ਆ ਇੱਕ ਇਹ ਇਸ਼ੂ ਵੀ ਹੈਗਾ ਬਾਕੀ ਸ਼ਹੀਦ ਪਰਿਵਾਰ ਦਿੱਲੀ ਵਾਲੇ ਪੰਜਾਬ ਵਾਲੇ ਉਹਨਾਂ ਨੂੰ ਨੌਕਰੀਆਂ ਦਾ ਸਵਾਲ ਹੈ ਮੁਆਵਜ਼ੇ ਦਾ ਪੋਲੂਸ਼ਨ ਐਕਟ ਨੂੰ ਲਾਗੂ ਕਰਨਾ ਵਾ ਪ੍ਰਦੂਸ਼ਣ ਐਕਟ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਇੰਡਸਟਰੀ ਵੱਡੇ ਪੱਧਰ 'ਤੇ ਬੇਨਿਜ਼ਮੀਆਂ ਕਰ ਰਹੇ ਸੀ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ ਇੰਡਸਟਰੀ ਲੱਗੇ ਸਾਡਾ ਪਾਣੀ ਸਾਡੀ ਹਵਾ ਏਰੀਆ ਗੰਦਾ ਨਾ ਕਰੇ ਸੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਸਮੇਂ-ਸਮੇਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਧਰਨੇ ਪ੍ਰਦਰਸ਼ਨ ਕਰ ਰਹੀਆਂ ਨੇ ਉਸੇ ਦੇ ਤਹਿਤ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਵੀ ਬੀਤੇ ਦਿਨ ਰੇਲ ਸਟੇਸ਼ਨਾਂ ਤੇ ਧਰਨੇ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਵੱਲੋਂ ਕਿਸਾਨਾਂ ਨੂੰ ਰੇਲ ਰੋਕੋ ਅੰਦੋਲਨ ਰੱਦ ਕਰਨ ਅਤੇ ਗੱਲਬਾਤ ਕਰਨ ਦੇ ਸੱਦੇ ਨੂੰ ਨਾਮੰਜ਼ੂਰ ਕਰਦਿਆਂ ਬੁੱਧਵਾਰ ਦੁਪਹਿਰ 1 ਵਜੇ ਤੋਂ ਸ਼ੁਰੂ ਹੋਣ ਵਾਲੇ ਰੇਲ ਰੋਕੋ ਅੰਦੋਲਨ ਦੀਆਂ ਤਿਆਰੀਆਂ ਦੇਰ ਰਾਤ ਤੋਂ ਹੀ ਕਿਸਾਨਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇਰ ਰਾਤ ਗੁਰਦਾਸਪੁਰ ਪਹੁੰਚੇ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਕਾਫਲੇ ਵੀ ਟਰਾਲੀਆਂ ਭਰ ਭਰ ਕੇ ਰੇਲਵੇ ਸਟੇਸ਼ਨ ਗੁਰਦਾਸਪੁਰ ਰਾਤ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਕਿਸੇ ਨੂੰ ਖੱਜਲ ਖੁਆਰ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਰੇਲਾਂ ਰੋਕਣ ਦਾ ਕਿਸਾਨਾਂ ਨੂੰ ਕੋਈ ਸ਼ੌਂਕ ਹੈ ਪਰ ਕਿਸਾਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਸਰਕਾਰ ਕਿਸਾਨਾਂ ਤੋਂ ਪਾਸਾ ਵੱਟ ਰਹੀ ਹੈ ਇਸ ਲਈ ਕਿਸਾਨਾਂ ਨੂੰ ਮੁੜ ਤੋਂ ਰੇਲ ਰੋਕਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬਟਾਲਾ ਦੇ ਵਿੱਚ ਜਦੋਂ ਕਿਸਾਨਾਂ ਦੇ ਵੱਲੋਂ ਰੇਲਾਂ ਰੋਕੀਆਂ ਗਈਆਂ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਉਸ ਵਕਤ ਇਹ ਕਹਿ ਕੇ ਸੰਘਰਸ਼ ਉਹਨਾਂ ਦਾ ਖਤਮ ਕਰਵਾ ਦਿੱਤਾ ਸੀ ਕਿ 15 ਫਰਵਰੀ ਤੱਕ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਪਰ ਕਿਸਾਨ 15 ਫਰਵਰੀ ਤੋਂ ਪੂਰੇ 1 ਹਫ਼ਤੇ ਬਾਅਦ ਦੁਬਾਰਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਉਹਨਾਂ ਦੇ ਵਾਅਦੇ ਯਾਦ ਕਰਵਾਉਣ ਦੇ ਲਈ ਰੇਲਾਂ ਰੋਕ ਰਹੇ ਨੇ ਦੇਖੋ ਜਿਹੜਾ ਗੁਰਦਾਸਪੁਰ ਦੇ ਵਿੱਚ ਜਮੁਨਾ ਕਟਰਾ ਐਕਸਪ੍ਰੈਸ ਵੇ ਨਿਕਲ ਰਹੀ ਆ ਇਹ ਊਨਾ ਐਕਸਪ੍ਰੈਸ ਵੇ ਹੈਗੀ ਆ ਇਹ ਥਰੂਆਊਟ ਉਦੋਂ ਵੈਸੇ ਤਾਂ ਪੰਜਾਬ ਦਾ ਇਸ਼ੂ ਆ ਪਰ ਗੁਰਦਾਸਪੁਰ ਦੇ ਵਿੱਚ ਇੱਕ ਲਾਰਜੈਸਟ ਏਰੀਆ ਵਾ ਜਿਹਦੇ ਸਮੱਸਿਆ ਦਾ ਹੱਲ ਨਹੀਂ ਹੋਇਆ ਅੰਮ੍ਰਿਤਸਰ 'ਚ ਵੀ ਹੈਗਾ ਉਹਨਾਂ ਦਾ ਯੋਗ ਮੁਆਵਜ਼ਾ ਲੈਣਾ ਹੈਗਾ ਜਿਹਦੇ ਵਿੱਚ ਵੱਡੇ ਪੱਧਰ 'ਤੇ ਅਫਸਰ ਸਭਾ ਨੇ ਬੇਨਿਜ਼ਮੀਆਂ ਕੀਤੀਆਂ ਕਿਸੇ ਨੂੰ 30 ਲੱਖ ਦਿੱਤਾ ਕਿਸੇ ਨੂੰ ਕਰੋੜ ਦਿੱਤਾ ਤਾਂ ਸਰਕਾਰ ਦਾ ਇਹ ਕਹਿਣਾ ਸੀ ਵੀ ਆਰਬਿਟ੍ਰੇਸ਼ਨ ਰਾਹੀਂ ਤੁਹਾਡੇ ਮਸਲਿਆਂ ਦਾ ਹੱਲ ਹੋ ਸਕਦਾ ਅਸੀਂ ਇਹਨਾਂ ਨੂੰ ਪਿਛਲੇ ਦਿਨੀ ਕੋਈ 1 ਮਹੀਨਾ ਪਹਿਲਾਂ 100 ਦੇ ਕਰੀਬ ਅਸੀਂ ਐਪਲੀਕੇਸ਼ਨਾਂ ਇਹਨਾਂ ਨੂੰ ਮੂਵ ਕੀਤੀਆਂ ਹੈਗੀਆਂ ਵਾ ਤਾਂ ਬਟਾਲਾ ਜਿਹੜਾ 30 ਨੂੰ ਜਨਵਰੀ ਨੂੰ ਆਪਾਂ ਉੱਥੇ ਮੋਰਚਾ ਚੱਕਿਆ ਸੀ IG ਬਾਰਡਰ ਜ਼ੋਨ SSP ਬਟਾਲਾ DC ਗੁਰਦਾਸਪੁਰ ਵੀ ਲੱਗੇ ਸੀ ਚੰਡੀਗੜ੍ਹ ਤੋਂ ਸਾਡੇ ਨਾਲ ਤਾਂ ਉਹਨਾਂ ਆਸ਼ਵਾਸਨ ਦਿੱਤਾ ਸੀ ਵੀ ਸਾਨੂੰ 10 ਫਰਵਰੀ ਤੱਕ ਹੀ ਹੱਲ ਕਰਦਾ ਕਿ 15 ਫਰਵਰੀ ਤੱਕ ਦਾ ਸਮਾਂ ਦਿੱਤਾ ਜਾਵੇ ਪਰ ਉਹ ਸਮੇਂ ਸਿਰ ਸਮੱਸਿਆ ਦਾ ਹੱਲ ਅਸੀਂ 7 ਦਿਨ ਲੇਟ ਆ ਰਹੇ ਹਾਂ ਇਹ ਸਾਡੇ ਅਸੀਂ ਆਪਤਾ ਹੋਰ ਲੇਟ ਆਏ ਵੀ ਲੋਕਾਂ ਦੇ ਵਿੱਚ ਇਹ ਸਾਡਾ ਬੈਡ ਫੈਕਟ ਨਾ ਲੈ ਕੇ ਜਾਣ ਇੱਕ ਤਾਂ ਇਹ ਇਸ਼ੂ ਹੈਗਾ ਦੂਸਰਾ ਗੰਨੇ ਦਾ ਬਕਾਇਆ ਵੱਡੇ ਪੱਧਰ 'ਤੇ ਕੀੜੀ ਮਿਲਦਾ 177 ਕਰੋੜ ਰੁਪਈਆ ਬਕਾਇਆ ਇਸ ਵੇਲੇ ਖੜਾ ਹੈਗਾ ਮੇਰੇ ਖਿਆਲ ਇਹਦੋਂ ਵੱਧਿਆ ਹੋਊਗਾ ਮੁਕੇਰੀਆਂ ਦਾ ਤਕਰੀਬਨ 142 ਕਰੋੜ ਦੇ ਨੀਅਰ ਅਬਾਊਟ ਪਨਿਆੜ ਆ ਤੁਹਾਡੀ ਇੱਥੇ ਗੁਰਦਾਸਪੁਰ ਬਟਾਲਾ ਮਿੱਲ ਆ ਤਕਰੀਬਨ 40 ਤੋਂ 50 ਕਰੋੜ ਰੁਪਈਏ ਦੇ ਨੇੜੇ ਅਬਾਊਟ ਇਹਨਾਂ ਦੇ ਬਕਾਏ ਆ ਬੁੱਟਰ ਮਿੱਲ ਹੈਗੀ ਹੈ ਜੇ ਪੂਰੇ ਮੇਰੇ ਖਿਆਲ ਪੰਜਾਬ ਦੀ ਕਰੀਏ ਤਾਂ ਐਗਜੈਕਟ ਫਿਗਰ ਤਾਂ ਨਹੀਂ ਲਗਭਗ 1000 ਕਰੋੜ ਰੁਪਈਏ ਦੇ ਨੀਅਰ ਅਬਾਊਟ ਕਿਸਾਨਾਂ ਨੇ ਨਾਲੇ ਇਹ ਸਰਕਾਰ ਨੇ ਸਾਨੂੰ ਇਹ 'ਚੋਂ ਕੁਛ ਵੀ ਨਹੀਂ ਦੇਣਾ ਸਾਡਾ ਪੈਸਾ ਅਸੀਂ ਚੀਜ਼ ਵੇਚਦੀ ਆ ਅਸੀਂ ਉਹਦੇ ਪੈਸੇ ਲੈਣੇ ਆ ਇੱਕ ਇਹ ਇਸ਼ੂ ਵੀ ਹੈਗਾ ਬਾਕੀ ਸ਼ਹੀਦ ਪਰਿਵਾਰ ਦਿੱਲੀ ਵਾਲੇ ਪੰਜਾਬ ਵਾਲੇ ਉਹਨਾਂ ਨੂੰ ਨੌਕਰੀਆਂ ਦਾ ਸਵਾਲ ਹੈ ਮੁਆਵਜ਼ੇ ਦਾ ਪੋਲੂਸ਼ਨ ਐਕਟ ਨੂੰ ਲਾਗੂ ਕਰਨਾ ਵਾ ਪ੍ਰਦੂਸ਼ਣ ਐਕਟ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਇੰਡਸਟਰੀ ਵੱਡੇ ਪੱਧਰ 'ਤੇ ਬੇਨਿਜ਼ਮੀਆਂ ਕਰ ਰਹੇ ਸੀ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ ਇੰਡਸਟਰੀ ਲੱਗੇ ਸਾਡਾ ਪਾਣੀ ਸਾਡੀ ਹਵਾ ਏਰੀਆ ਗੰਦਾ ਨਾ ਕਰੇ ਸੀ ਇਹ 'ਚ ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਵੱਡੇ ਮਗਰਮੱਛਾਂ ਦੇ ਖਿਲਾਫ ਕਾਰਵਾਈ ਕਰਕੇ ਜ਼ਮੀਨੀ ਪੱਧਰ ਤੇ ਨੌਜਵਾਨਾਂ ਨੂੰ ਬਚਾਉਣਾ ਵੀ ਕਿਸਾਨਾਂ ਦੀ ਲੜਾਈ ਦੇ ਵਿੱਚ ਸ਼ਾਮਲ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਕਿਲੋ ਦੇ ਹਿਸਾਬ ਦੇ ਨਾਲ ਨਸ਼ਾ ਫੜ ਰਹੀ ਹੈ ਜਦਕਿ ਪੰਜਾਬ ਦੇ ਵਿੱਚ ਟਨਾਂ ਦੇ ਹਿਸਾਬ ਦੇ ਨਾਲ
नशा आ रहा है ते इसनु पुलिस दी वड्डी कामयाबी नहीं कहा जा सकता। सरवण सिंह पंधेर ने कहा कि पंजाब दे पानी नु बचाउणा ते जनहित ते होर कई मुद्दे भी किसानां ने अपने संघर्ष दे विच शामिल कीते ने। सरवण सिंह पंधेर ने कहा कि पंजाब दे पानी नु बचाउणा ते जनहित दे होर भी कई मुद्दे ने जो किसानां ने अपने संघर्ष दे विच शामिल कीते ने। इह तां हुण प्रशासन ते सरकार दे उत्ते है कि अंदोलन कदों तक चलेगा। ਇਹਦੇ ਨਾਲ ਜਿਵੇਂ ਨਸ਼ਿਆਂ ਦਾ ਮੁੱਦਾ ਹੈਗਾ, ਨਸ਼ਿਆਂ ਨਾਲ ਰੋਜ਼ ਓਵਰਡੋਜ਼ ਨਾਲ ਸਾਡੇ ਨੌਜਵਾਨ ਮਰ ਰਹੇ ਹੈਗੇ ਆ, ਤਾਂ ਸਰਕਾਰ ਸਿਨਸੀਰੀਅਸ ਨਹੀਂ ਲੱਗਦੀ ਹੈਗੀ ਸਾਨੂੰ। ਜਿਸ ਪੱਧਰ 'ਤੇ ਟੰਨਾਂ ਨਾਲ ਆ ਰਿਹਾ, ਕਿਲੋਆਂ 'ਚ ਫੜਿਆ ਜਾ ਰਿਹਾ, ਰੁਜ਼ਗਾਰ ਦਾ ਸਵਾਲ ਹੈਗਾ, ਖੇਤੀ ਨੀਤੀ ਬਣਾ ਕੇ ਕਿਸਾਨਾਂ ਦੇ ਹਾਲਾਤ ਸੁਧਾਰਨ ਦਾ ਵਾ, ਕਰਜ਼ੇ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹੈਗੇ ਆ, ਇਹ ਸਾਰੇ ਇਸ਼ੂ ਹੈਗੇ ਆ। ਅਸੀਂ ਅੱਜ ਕੇਂਦਰ ਨੇ ਜਿਹੜਾ ਫੈਸਲਾ ਅੱਜ ਆਇਆ ਸੀ ਵੀ ਜਿਹੜਾ ਮੰਡੀ ਦੇ ਵਿੱਚ 2.5% ਫੀਸ ਨੂੰ 1% ਕਰ ਦਿੱਤਾ ਗਿਆ, ਉਹਦੇ ਨਾਲ ਸਾਡਾ ਰੈਵਨਿਊ ਪੰਜਾਬ ਦਾ ਘਟੂਗਾ, ਅਸੀਂ ਉਹਦੀ ਵੀ ਨਿੰਦਾ ਕਰਦੇ ਹੈਗੇ ਆ। ਅਤੇ ਇਹਨਾਂ ਮੰਗਾਂ ਨੂੰ ਲੈ ਕੇ ਕੱਲ੍ਹ 1 ਵਜੇ ਗੁਰਦਾਸਪੁਰ ਰੇਲ ਰੋਕੂ ਅੰਦੋਲਨ ਸ਼ੁਰੂ ਹੋਊਗਾ। ਉਵੇਂ ਸਾਡਾ ਕੋਈ ਅਣਖ ਦਾ ਸਵਾਲ ਨਹੀਂ ਹੈ ਰੇਲਾਂ ਜਾਮ ਕਰਨਾ। ਸਰਕਾਰ ਨੂੰ ਮੈਂ ਬਕਾਇਦਾ ਪ੍ਰਿੰਸੀਪਲ ਸੈਕਟਰੀ ਵੀਨੂ ਪ੍ਰਸ਼ਾਦ ਜੀ ਨਾਲ ਖੁਦ ਗੱਲ ਕੀਤੀ ਸੀ, ਮੈਂ ਇੰਟੈਲੀਜੈਂਸੀ ਨਾਲ ਵੀ ਖੁਦ ਗੱਲ ਕਰਕੇ ਚੰਡੀਗੜ੍ਹ ਮੂਵ ਕੀਤਾ ਸੀ ਵੀ ਤੁਸੀਂ ਦਖਲਦਾਰੀ ਕਰੋ, ਸਾਰੇ ਆਫਿਸਰ ਸਾਹਿਬਾਨ ਨਾਲ ਵੀ। ਤਾਂ ਸਾਡਾ ਮਕਸਦ ਹੈ ਵੀ ਤੁਹਾਡੇ ਮਾਧਿਅਮ ਨਾਲ ਫਿਰ ਕਹਿੰਦੇ ਹਾਂ ਵੀ ਮੁੱਖ ਮੰਤਰੀ ਸਾਹਿਬ ਖੁਦ ਦਖਲਦਾਰੀ ਦੇਣ ਅਤੇ ਮੁੱਦਿਆਂ ਦਾ ਹੱਲ ਕਰਨ। ਮਸਲੇ ਹੱਲ ਹੋਣਗੇ ਤਾਂ ਆਪਣਾ ਕੋਈ ਰੇਲਾਂ ਜਾਮ ਕਰਨਾ ਅਣਖ ਦਾ ਸਵਾਲ ਨਹੀਂ ਹੈਗਾ। ਇਹ ਸਰਕਾਰ ਕੋਲ ਸਵਾਲ ਕੀਤਾ ਜਾਵੇ ਉਹ ਕਿੰਨੀ ਦੇਰ ਤੱਕ ਸਾਡੇ ਕੋਲ ਰੇਲਾਂ ਜਾਮ ਕਰਵਾਉਣਗੇ, ਅਸੀਂ ਤਾਂ ਕਰਨਾ ਹੀ ਨਹੀਂ ਚਾਹੁੰਦੇ। ਉਹਨਾਂ ਦੀ ਗਲਤੀ ਕਰਕੇ ਅਸੀਂ ਰੇਲਾਂ 'ਤੇ ਆਏ ਹੈਗੇ। ਕਿਸਾਨਾਂ ਵੱਲੋਂ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ, ਪਰ ਦੂਜੇ ਪਾਸੇ ਡੀਸੀ ਵੱਲੋਂ ਆਇਆ ਗੱਲਬਾਤ ਦਾ ਸੱਦਾ ਵੀ ਕਿਸਾਨਾਂ ਨੇ ਵਾਪਸ ਮੋੜ ਦਿੱਤਾ। ਹੁਣ ਵੇਖਣਾ ਹੋਵੇਗਾ ਕਿ ਆਖਿਰ ਕਦੋਂ ਤੱਕ ਕਿਸਾਨਾਂ ਦਾ ਇਹ ਰੇਲ ਰੋਕੋ ਪ੍ਰਦਰਸ਼ਨ ਚੱਲਦਾ ਹੈ ਅਤੇ ਕਦੋਂ ਤੱਕ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਗੁਰਦਾਸਪੁਰ ਤੋਂ ਵਿਸ਼ੰਬਰ ਪਿੱਟੂ ਦੀ ਰਿਪੋਰਟ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।